ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ 6 ਅਤੇ 7 ਪੋਹ ਦੀ ਦਰਮਿਆਨੀ ਰਾਤ ਨੂੰ ਔਰ 7 ਪੋਹ ਅੰਮ੍ਰਿਤ ਵੇਲੇ ਨੂੰ 1761 ਬਿਕਰਮੀ ਔਰ ਸੰਮਤ 1704 ਨੂੰ ਈਸਵੀ 1704 ਨੂੰ ਆਪਣੇ ਪਰਿਵਾਰ ਦੇ ਸਮੇਤ ਔਰ ਜੋ ਵੀ ਸਤਿਗੁਰੂ ਸਾਹਿਬ ਜੀ ਦੇ ਕੋਲ ਉਸ ਵਕਤ ਹਾਥੀ ਘੋੜੇ ਸਨ ਉਹਨਾਂ ਦੇ ਸਮੇਤ ਜੋ ਵੀ ਉਹਨਾਂ ਦੇ ਕੋਲ ਮਾਲ ਅਸ਼ਬਾਬ ਸੀ, ਖਜ਼ਾਨਾ ਸੀ, ਉਹਦੇ ਸਮੇਤ ਸਾਹਿਤ ਦੇ ਸਮੇਤ ਸਤਿਗੁਰਾਂ ਨੇ ਆਪਣੇ ਪਰਿਵਾਰ ਦੇ ਸਮੇਤ ਆਪਣੇ 5 ਪਿਆਰੇ ਸਹਿਬਾਨ ਨੂੰ ਨਾਲ ਲੈ ਕੇ ਆਪਣੇ ਸਿੰਘਾਂ ਨੂੰ ਨਾਲ ਲੈ ਕੇ ਉਸ ਵਕਤ ਇਸ ਕਿਲ੍ਹੇ ਨੂੰ ਖਾਲੀ ਕੀਤਾ। ਆਨੰਦਗੜ੍ਹ ਸਾਹਿਬ ਨੂੰ ਛੱਡਿਆ, ਸ਼੍ਰੀ ਅਨੰਦਪੁਰ ਸਾਹਿਬ ਜੀ ਨੂੰ ਸਤਿਗੁਰਾਂ ਨੇ ਛੱਡ ਕੇ ਇੱਥੋਂ ਅਗਲੇ ਪੜਾਅ ਵੱਲ ਜਾਣਾ ਕੀਤਾ। ਔਰੰਗਜ਼ੇਬ ਬਾਦਸ਼ਾਹ ਨੇ ਆਪਣੀ ਫੌਜ ਭੇਜ ਕੇ ਔਰ ਆਸ ਪਾਸ ਦੇ ਸੂਬਿਆਂ ਦੇ ਜਿਹੜੇ ਗਵਰਨਰ ਸਨ, ਸੂਬੇਦਾਰ ਸਨ, ਉਹਨਾਂ ਦੀਆਂ ਫੌਜਾਂ ਲੈ ਕੇ ਅਤੇ 7 ਮਹੀਨੇ ਤੱਕ ਸ਼੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਾਈ ਰੱਖਿਆ। ਅੰਨ ਦਾਣਾ ਸਾਰਾ ਅੰਦਰ ਜਾਣਾ ਖਤਮ ਹੋ ਗਿਆ। ਸਤਿਗੁਰਾਂ ਨੇ ਪੱਤੇ ਤੱਕ ਵੀ ਭਰੂ ਕੇ ਸਿੰਘਾਂ ਨੇ ਉਹ ਵੀ ਛੱਕ ਕੇ ਅਤੇ ਆਪਣਾ ਪੇਟ ਪਾਲਣਾ ਜਿਹੜਾ ਸੀਗਾ ਉਹ ਮਜਬੂਰੀ ਬਸ ਉਹਨਾਂ ਨੂੰ ਕਰਨਾ ਪਿਆ। ਔਰ ਉਹਨਾਂ ਦੀਆਂ ਖਾਧੀਆਂ ਹੋਈਆਂ ਕੁਰਾਨ ਦੀਆਂ ਕਸਮਾਂ ਨੂੰ ਮੁੱਖ ਰੱਖਦਿਆਂ ਹੋਇਆਂ, ਕਿਸੇ ਡਰ ਭੈ ਕਰਕੇ ਨਹੀਂ, ਉਹਨਾਂ ਦੀ ਖਾਧੀ ਹੋਈ ਕੁਰਾਨ ਦੀ ਕਸਮ, ਗਊ ਆਟੇ ਦੀ ਗਊ ਦੀ ਕਸਮ ਨੂੰ ਮੰਨ ਕੇ ਇੱਕ ਧਰਮ 'ਤੇ ਯਕੀਨ ਕਰਕੇ ਅਤੇ ਸਤਿਗੁਰਾਂ ਨੇ ਇਸ ਕਿਲ੍ਹੇ ਨੂੰ ਖਾਲੀ ਕੀਤਾ।